ਸਰ ਇਹਦੇ ਨਾਲ ਜਿਹੜੇ ਆ ਰਹੇ ਆ ਬੱਚੇ, ਸਰ ਤਿੰਨ ਬੱਚੇ ਆ, ਠੀਕ ਹੈ ਜੀ। ਜਿਸ ਸਮੇਂ ਬੱਚਾ ਅੰਦਰ ਡੁੱਬਦਾ ਹੈ, ਬਾਕੀ ਬੱਚੇ ਕਿੱਥੇ ਜਾਂਦੇ ਨੇ? ਸਰ ਬਾਕੀ ਬੱਚੇ ਨਾਲ ਹੀ ਫੁਟੇਜ ਦੇ ਵਿੱਚ ਹੀ ਆਏ ਨੇ, ਦੇਖ ਲਓ ਸਰ, ਅਸੀਂ ਵੀ ਉਹੀ ਦੇਖੀ ਆ, ਠੀਕ ਹੈ ਜੀ। ਨਾਲ ਆ ਜਦੋਂ ਉਹਨੇ ਜੰਪ ਮਾਰਿਆ, ਉਹਦੇ ਨਾਲ ਦੇ ਆ, ਨਾਲ ਦੇ ਸਾਈਡ ਹੋ ਗਏ ਆ, ਉਹ ਪਿੱਛੇ ਰਹਿ ਗਏ। ਬੰਦਾ ਪੂਰੀ ਸਫਾਈ ਕਰ ਰਿਹਾ। ਕਲੋਜ਼ਿੰਗ ਟਾਈਮ ਸੀ, ਤੁਸੀਂ ਐਂਟਰੀ ਨਹੀਂ ਦੇਣੀ ਸੀ ਭਾਈ? ਕਲੋਜ਼ਿੰਗ ਟਾਈਮ ਆ, ਜਿਹੜੇ ਪਹਿਲਾਂ ਦੇ ਆਏ ਉਹਨਾਂ ਦੀ ਕਲੋਜ਼ਿੰਗ ਟਾਈਮ ਆ, ਵੀ ਆਵਾਜ਼ ਦੇ ਦਿੱਤੀ 6 ਵਜੇ, 6 ਵਜੇ ਤੋਂ ਭਾਈ 7 ਮਿੰਟ ਦੀ ਵਾਰ ਦਾ, 7 ਮਿੰਟ ਦੀ ਗੱਲ ਆ। ਸਿਰਫ 2.5 ਫੁੱਟ ਆ ਭਾਈ, ਉਹਦੇ ਚ 2-2.5 ਸਾਲ ਦਾ ਬੱਚਾ ਵੀ ਨਹਾ ਸਕਦਾ, ਠੀਕ ਹੈ ਜੀ। ਜਿਹੜਾ ਉਰਲੀ ਸਾਈਡ ਹੈ, ਜਦੋਂ ਇਹ ਸਿਰਫ 5 ਫੁੱਟ ਮਾਰ ਰਹੇ ਸੀ, ਇਹਨਾਂ ਦੇ ਲਾਗੇ ਕੋਈ ਵੀ ਨਹੀਂ ਖੜਾ ਭਾਈ। 6 ਵਜੇ ਦੀ ਕਲੋਜ਼ਿੰਗ ਟਾਈਮ ਆ, ਤੁਸੀਂ ਸਾਈਡ ਤੇ ਦੇਖ ਲਓ, ਬੰਦਾ ਪੂਰੀ ਸਫਾਈ ਕਰ ਰਿਹਾ। ਕਲੋਜ਼ਿੰਗ ਟਾਈਮ ਸੀ, ਤੁਸੀਂ ਐਂਟਰੀ ਨਹੀਂ ਦੇਣੀ ਸੀ ਭਾਈ? ਕਲੋਜ਼ਿੰਗ ਟਾਈਮ ਆ, ਜਿਹੜੇ ਪਹਿਲਾਂ ਦੇ ਆਏ ਉਹਨਾਂ ਦੀ ਕਲੋਜ਼ਿੰਗ ਟਾਈਮ ਆ, ਵੀ ਆਵਾਜ਼ ਦੇ ਦਿੱਤੀ 6 ਵਜੇ, 6 ਵਜੇ ਤੋਂ ਭਾਈ 7 ਮਿੰਟ ਦੀ ਵਾਰ ਦਾ, 7 ਮਿੰਟ ਦੀ ਗੱਲ ਆ। ਬੱਚੇ ਆ ਜਿਹੜੇ ਉਹ ਵਿੱਚ ਦੇਖੋ, ਭਾਈ ਜਿਹੜੇ ਬਾਕੀ ਵੀ ਆ ਭਾਈ, ਕੱਪੜੇ ਪਾ ਕੇ ਨਿਕਲ ਰਹੇ, ਤੁਸੀਂ ਉਧਰ ਵੀ ਲਿਖਾਓ ਕੀ ਕੱਪੜੇ ਪਾ ਕੇ ਨਿਕਲ ਰਹੇ। ਉਸ ਵੇਲੇ ਘਟਨਾ ਹੋਈ ਕੀ ਸੀ ਭਾਈ? ਚਲੋ ਅਸੀਂ ਤਾਂ ਹੁਣ ਭਾਈ ਉਹ ਜੰਪ ਮਾਰਿਆ ਵਾਰ ਵਾਰ ਜੀ, ਉਹ ਜੰਪ ਮਾਰਿਆ ਵਾਰ ਵਾਰ, ਉਹਦੇ ਨਾਲ ਦੇ ਬੱਚੇ ਉਹ ਵੀ ਜੰਪ ਮਾਰ ਰਹੇ ਆ। ਉਹਦੇ ਭਾਜੀ ਇੰਜਰੀ ਹੋਈ ਹੈ, ਸੱਟ ਲੱਗੀ ਭਾਈ? ਕੁਛ ਨਹੀਂ, ਕੁਛ ਨਹੀਂ, ਛਾਲਾ ਮਾਰਿਆ ਪਾਣੀ ਦੇ ਵਿੱਚ, ਸਾਹ ਰੁਕਿਆ ਸੀ ਪਾਣੀ ਚ ਭਾਈ। ਇਹ ਤੇ ਹੁਣ ਭਾਈ ਆਪਾਂ ਨਹੀਂ ਕੁਛ ਕਹਿ ਸਕਦੇ, ਇਹ ਤਾਂ ਡਾਕਟਰ ਹੀ ਦੱਸਣਗੇ। ਨਹੀਂ ਤੁਸੀਂ ਜਦੋਂ ਉਸ ਮੌਕੇ ਕੱਢਿਆ ਤੇ ਭਾਈ, ਅਸੀਂ ਜਿਸ ਟਾਈਮ ਅਸੀਂ ਕੱਢਿਆ, ਇਹਦੇ ਆਪਣੇ ਇਹਨਾਂ ਦੇ ਪਰਿਵਾਰ ਨੇ ਆ ਕੇ ਕੱਢਿਆ, ਉਹਨਾਂ ਨੇ ਪੰਪ ਦਿੱਤਾ, ਉਹਦੇ ਮੂੰਹ ਚੋਂ ਪਾਣੀ ਨਿਕਲਿਆ, ਸਵਾਸ ਹਲਕਾ ਹੀ ਕਰਦਾ ਸੀ। ਸਾਰਿਆਂ ਨੇ ਕਿਹਾ ਡਾਕਟਰ ਦੇ ਲੈ ਜਾਓ, ਠੀਕ ਹੈ। ਬਾਕੀ ਉਸ ਤੋਂ ਬਾਅਦ ਕੋਈ ਲੈ ਕੇ ਹੀ ਨਹੀਂ ਗਿਆ, ਤਾਂ ਕੀ ਕਰੀਏ ਜੀ? ਮੇਰਾ ਤਾਂ ਸਰ ਕੀ ਮਾਮਲਾ ਕੀ ਆ ਅੱਜ ਤੇ? ਮਾਮਲਾ ਏਦਾਂ ਕੀ ਆ, ਦਿਨ ਬਹਾਦਰ ਮੇਰੇ ਕੋਲ ਕੰਮ ਕਰਦਾ, 30 ਸਾਲ ਹੋ ਗਏ ਕੰਮ ਕਰਦਾ ਜੀ। ਉਹ ਅਸੀਂ ਆਪਣੀ ਕੋਠੀ ਦਿੱਤੀ ਹੈ ਕਿ ਵਿੱਚੇ ਰਹਿੰਦਾ ਦੁਕਾਨ ਦੀ ਬੈਕ ਸਾਈਡ ਤੇ ਜੀ। ਤੇ ਸਾਡੇ 4 ਵਜੇ ਮਹੱਲੇ ਦਾ ਇੱਕ ਮੁੰਡਾ ਹੈਗਾ, ਹਰਾਮੀ ਬਹੁਤ ਸ਼ੈਤਾਨ ਜੀ, ਪਤਾ ਨਹੀਂ ਕੌਣ ਹੈਗਾ, ਮੈਨੂੰ ਤਾਂ ਨਾਮ ਦਾ ਨਹੀਂ ਪਤਾ ਹੈਗਾ ਜੀ। ਤੇ ਉਹਦੇ ਨੂੰ ਲੈ ਕੇ ਪਿਆ ਜੀ, 7:30-8 ਵਜੇ ਨਿਕਲ ਆ ਗਿਆ, ਜਦੋਂ ਉਹ ਲੱਭਦਾ ਉਹ ਪਤਾ ਕਿੱਥੇ ਗਿਆ ਜੀ। ਮੈਂ ਬਹਾਦਰ ਨਹੀਂ, ਸਾਡੇ ਕੋਲ ਸਕੂਲ ਪੰਜਾਬੀ ਜੀ, ਪ੍ਰਾਈਵੇਟ ਕੰਮ ਕਰਦੇ ਡਾਕਟਰਾਂ ਜੀ, ਉਹਨੂੰ ਬੁਲਾਇਆ ਕੈਮਰਾ ਦੇਖਿਆ। ਅੱਛਾ ਜੀ, ਕੈਮਰਾ ਚੈੱਕ ਕੀਤਾ ਸਾਰਾ, ਕਹਿੰਦੇ ਮੁੰਡਾ ਲਾਸਟ ਵਿੱਚ ਦੇਖਿਆ ਮੁੰਡਾ ਸੀ ਉਹਦੇ ਪਾਣੀ ਵਿੱਚ ਜੀ। ਜਿੱਦਾਂ ਕਿ ਤੁਸੀਂ ਕਿੱਦਾਂ ਦੇਖ ਰਹੇ ਹੋ ਸਰ, ਕਿ ਇੱਕ ਲਾਪਰਵਾਹੀ ਵਰਤੀ ਗਈ ਹੈ, ਜਿੱਦਾਂ ਕਿ ਇੱਕ ਟਾਈਮ ਹੁੰਦਾ ਸਵੀਮਿੰਗ ਪੂਲ ਦਾ ਬੰਦ ਕਰਨਾ, ਸਵੀਮਿੰਗ ਪੂਲ ਸਵੀਮਿੰਗ ਪੂਲ ਵਾਲੇ ਦਾ ਹਾਂਜੀ ਐਂਟਰੀ ਕਿੱਦਾਂ ਕਰਦੇ ਨੇ ਜੀ, ਜਾਂ ਜੇ ਐਂਟਰੀ ਕਰਦੇ ਨੇ ਤੇ ਉਹਨਾਂ ਨੂੰ ਧਿਆਨ ਰੱਖਿਆ ਜਾਏ? ਹਾਂਜੀ ਹਾਂਜੀ, ਇਹਨਾਂ ਕੋਈ ਬੰਦ ਕੋਈ ਕਾਰਵਾਈ ਕੀਤੀ ਨਹੀਂ ਜੇ ਸ਼ਰਾਬੀ ਦੇ ਬੰਦਿਆਂ ਦਾ ਤਲਾ ਹੀ ਵੀ ਸਰ, ਤਲਾਬ ਦੇ ਵਿੱਚ ਇੱਕ ਬੱਚੇ ਲਾਸ਼ ਪਈ ਜੀ। ਠੀਕ ਹੈ ਜੀ, ਮੈਂ ਆਪਣਾ ਪਹਿਲਾਂ ਏਸੇ ਰਣਜੀਤ ਸਿੰਘ ਭੇਜਿਆ ਸੀ, ਅਤੇ ਮਗਰੇ ਮੈਂ ਜੋ ਰੈਲੀ ਸੀਗੀ, ਰੈਲੀ ਜਿਹੜੀ ਖਤਮ ਕਰਕੇ ਜਦੋਂ ਮੈਨੂੰ ਤਲਾਬ ਮੈਨੂੰ ਜ਼ਖਮ ਇੱਧਰੋਂ ਆਇਆ, ਇਹ ਏਰੀਆ ਜਿਹੜਾ ਹੈ ਥਾਣੇ ਲਾਂਬੜੇ ਦਾ ਪੈਂਦਾ, ਥਾਣੇ ਲਾਂਬੜੇ ਦੇ ਆਪਣਾ IO ਆ ਚੁੱਕੇ ਨੇ, ਬਾਕੀ ਉਹ ਸਾਡੀ ਗੱਲ ਜੋ ਵੀ ਹੈਗੀ ਉਹਨਾਂ ਦਾ ਵੈਰੀਫਾਈ ਕੀਤਾ। ਸਰ ਦੱਸਿਆ ਜਾ ਰਿਹਾ ਕਿ 3 ਬੱਚੇ ਨਾਲ ਵੀ ਸੀਗੇ, ਉਹਨਾਂ ਦਾ ਪਤਾ ਲੱਗਿਆ ਕਿ ਉਹ ਕੌਣ ਸੀਗੇ? ਦੇਖੋ ਜੀ, ਤੁਸੀਂ ਸਾਰਿਆਂ ਦਾ CCTV ਫੁਟੇਜ ਜਿਹੜੀ ਹੈਗੀ ਉਹ ਵਿੱਚੋਂ ਬਣਾਈ ਹੈ, ਉਹ ਤੁਸੀਂ ਦੇਖ ਰਹੇ ਹੋ। ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਇਹ ਆਪਣਾ ਲਾਂਬੜਿਆ ਸਾਨੂੰ